ਵੀਅਰਸ ਵੈਲਕਮ ਬੈਕ ਹੈ ਡਾਕਟਰ ਸਾਹਿਬ ਸਾਡੀ ਅਗਲੀ ਈਮੇਲ ਬੰਟੀ ਸਿੰਘ ਜੀ ਦੀ ਹੈ ਇਹ ਲਿਖਦੇ ਹਨ ਸੱਚੋ ਸੱਚ ਦੀ ਸਾਰੀ ਟੀਮ ਅਤੇ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡੇ ਸਾਰੇ ਹੀ ਜਵਾਬ ਅਤੇ ਤੁਹਾਡੇ ਸਾਰੇ ਜਵਾਬ ਬੜੇ ਲਾਸਾਨੀ ਹੁੰਦੇ ਹਨ ਅਸੀਂ ਗੁਰੂ ਅੱਗੇ ਤੁਹਾਡੀ ਅਤੇ TV84 ਦੀ ਕਾਮਯਾਬੀ ਦੀ ਅਰਦਾਸ ਕਰਦੇ ਹਾਂ ਮੇਰਾ ਜਨਮ 1982 ਵਿੱਚ ਹੋਇਆ ਅਤੇ ਅਸੀਂ ਵਰ੍ਹਾ 2000 ਵਿੱਚ ਅਮਰੀਕਾ ਆ ਗਏ ਪਰ 2000 ਤੱਕ ਸਾਨੂੰ ਕਦੇ ਕਿਸੇ ਨੇ ਨਹੀਂ ਦੱਸਿਆ ਕਿ ਭਿੰਡਰਾਂ ਵਾਲੇ ਕੌਣ ਸਨ ਉਦੋਂ ਮੇਰੇ ਵੀ ਕੇਸ ਕਤਲ ਕੀਤੇ ਹੋਏ ਸਨ ਪਰ ਅਮਰੀਕਾ ਆ ਕੇ ਅਸੀਂ ਨਗਰ ਕੀਰਤਨਾਂ ਅਤੇ ਹੋਰ ਲੈਕਚਰਾਂ ਆਦਿ ਰਾਹੀਂ ਖਾਲਿਸਤਾਨ ਦੇ ਸੰਘਰਸ਼ ਬਾਰੇ ਸੁਣਿਆ ਮੈਂ ਅਤੇ ਮੇਰੇ ਵਰਗੇ ਕਈ ਹੋਰ ਵਾਪਸ ਸਿੱਖੀ ਵਿੱਚ ਪਰਤੇ ਡਾਕਟਰ ਸਾਹਿਬ ਮੇਰਾ ਸਵਾਲ ਹੈ ਕਿ ਸਾਡੇ ਪ੍ਰਚਾਰਕ ਖੁੱਲ੍ਹ ਕੇ 1978 ਤੋਂ ਲੈ ਕੇ ਹੁਣ ਤੱਕ ਦੇ ਦੌਰ ਦੇ ਇਤਿਹਾਸ ਬਾਰੇ ਕਿਉਂ ਜ਼ੁਬਾਨ ਨਹੀਂ ਖੋਲ੍ਹਦੇ ਉਹ ਅਬਦਾਲੀ ਮੱਸਾ ਰੰਗੜ ਮੀਰ ਮੰਨੂ ਦੀ ਗੱਲ ਤਾਂ ਕਰਨਗੇ ਪਰ ਇੰਦਰਾ ਗਾਂਧੀ ਬੇਨਤੀ KP ਗਿੱਲ ਭਾਰਤੀ ਪੁਲਿਸ ਅਤੇ ਫੌਜ ਦੇ ਜ਼ੁਲਮ ਬਾਰੇ ਕੁਝ ਕਹਿਣ ਤੋਂ ਕੰਨੀ ਕਤਰਾਉਂਦੇ ਹਨ ਸਾਡੇ ਨੌਜਵਾਨਾਂ ਨੂੰ ਵਿਸ਼ੇਸ਼ਕਰ ਪੰਜਾਬ ਵਿੱਚ ਇਹੋ ਜਿਹੇ ਇਤਿਹਾਸ ਦੀ ਡਾਢੀ ਲੋੜ ਹੈ ਡਾਕਟਰ ਸਾਹਿਬ ਪਹਿਲਾਂ ਤਾਂ ਵੀਰ ਬੰਟੀ ਸਿੰਘ ਦਾ ਧੰਨਵਾਦ ਇਹ ਵੀ ਸਾਨੂੰ ਬੜੀ ਲਗਾਤਾਰਤਾ ਨਾਲ ਲਿਖਦੇ ਨੇ ਜੀ ਔਰ ਠੀਕ ਮੁੱਦਿਆਂ ਦੀ ਇਹ ਨਿਸ਼ਾਨਦੇਹੀ ਕਰਦੇ ਨੇ ਜੀ ਔਰ ਇਹਨਾਂ ਦੀ ਈਮੇਲ ਵੀ ਜਿਵੇਂ ਵੀਰ ਗੁਰਪ੍ਰੀਤ ਸਿੰਘ ਹੋਰਾਂ ਨੇ ਅਗਿਆਨਤਾ ਦੀ ਗੱਲ ਕੀਤੀ ਸੀ ਕਿ ਕਿਵੇਂ ਕਿਤਾਬਾਂ ਦੇ ਨਾਲ ਉਹਨਾਂ ਦਾ ਵਿਊ ਪੁਆਇੰਟ ਬਦਲਿਆ ਜੀ ਬੰਟੀ ਸਿੰਘ ਜੀ ਨੇ ਜ਼ਿਕਰ ਕੀਤਾ ਹੈ ਕਿ 1982 'ਚ ਇਹਨਾਂ ਦਾ ਜਨਮ ਹੋਇਆ 2000 'ਚ ਅਮਰੀਕਾ ਆਏ ਜੀ ਔਰ ਇੱਥੇ ਆ ਕੇ ਇਹਨਾਂ ਨੇ ਜਿਹੜਾ ਨਗਰ ਕੀਰਤਨਾਂ ਰਾਹੀਂ ਲੈਕਚਰਸ ਰਾਹੀਂ ਇਹਨਾਂ ਨੇ ਦੇਖਿਆ ਔਰ ਅੱਜ ਨਾ ਸਿਰਫ ਖਾਲਿਸਤਾਨੀ ਨੇ ਬਲਕਿ ਇਸ ਦੇ ਲਈ ਉਹ ਲਗਾਤਾਰ ਚਾਹੁੰਦੇ ਵੀ ਨੇ ਕਿ ਇਹ ਜਾਣਕਾਰੀ ਉਹਨਾਂ ਤੱਕ ਨਹੀਂ ਉਹਨਾਂ ਨੂੰ ਇਹ ਲੱਗਦਾ ਕਿ ਜਿਵੇਂ ਉਹਨਾਂ ਦੇ ਵਿੱਚ ਤਬਦੀਲੀ ਹੋਈ ਪੰਜਾਬ ਦੇ ਵਿੱਚ ਜਿਹੜੀ ਸਾਡੀ ਜਵਾਨੀ ਦਾ ਇੱਕ ਵੱਡਾ ਹਿੱਸਾ ਕੁਰਾਏ ਪਿਆ ਹੋਇਆ ਡਰੱਗਸ ਦੇ ਵਿੱਚ ਫਸਿਆ ਹੋਇਆ ਜਾਂ ਹੋਰ ਕਮਜ਼ੋਰ ਗੱਲਾਂ 'ਚ ਫਸਿਆ ਹੋਇਆ ਸੋ ਇਹ ਉਹਨਾਂ ਦੀ ਚਾਹਨ ਹੈ ਔਰ ਉਹਨਾਂ ਦਾ ਉਹਨਾਂ ਨੇ ਗਿਲਾ ਕੀਤਾ ਕਿ ਸਾਡੇ ਜਿਹੜੇ ਪ੍ਰਚਾਰਕ ਨੇ ਜਦੋਂ ਪ੍ਰਚਾਰਕ ਸ਼੍ਰੇਣੀ ਦੀ ਗੱਲ ਹੁੰਦੀ ਉਹਦੇ ਵਿੱਚ ਰਾਗੀ ਢਾਡੀ ਢਾਡੀ ਵਿਦਵਾਨ ਲੈਕਚਰਾਰ ਪ੍ਰੋਫੈਸਰ ਡਾਕਟਰ ਸਾਰੇ ਆ ਜਾਂਦੇ ਨੇ ਜਿਹੜੇ ਵੀ ਸਟੇਜ ਦੇ ਉੱਤੇ ਖਲੋ ਕੇ ਜਾਂ ਵਾਜੇ 'ਤੇ ਬੈਠ ਕੇ ਗੱਲ ਕਰਦੇ ਨੇ ਜੀ ਸੋ ਬਿਲਕੁਲ ਉਹਨਾਂ ਨੇ ਠੀਕ ਕਿਹਾ ਕਿ ਵੀ ਉਹ ਅੱਜ ਵੀ ਮੱਸੇ ਰੰਗੜ ਦੀ ਜਾਂ ਮੀਰ ਮੰਨੂ ਦੀ ਜਾਂ ਲਖਪਤ ਦੀ ਜਾਂ ਅਬਦਾਲੀ ਦੀ ਗੱਲ ਤਾਂ ਬੜੇ ਬੜੇ ਲੰਬੇ ਪ੍ਰਸੰਗਾਂ ਦੇ ਨਾਲ ਔਰ ਹਿਰਦੇ ਵਲੂੰਦਰਨ ਵਾਲੇ ਅੰਦਾਜ਼ ਦੇ ਵਿੱਚ ਕਰਦੇ ਨੇ ਉਹ ਵੀ ਸਾਡਾ ਇਤਿਹਾਸ ਹੈ ਇਹ ਨਹੀਂ ਹੈ ਕਿ ਵੀ ਅਸੀਂ ਜਿਹੜੇ ਬੀਤੇ ਦੇ ਜ਼ਾਲਮ ਨੇ ਉਹਨਾਂ ਨੂੰ ਕੋਈ ਅਸੀਂ ਮਾਫ਼ ਕਰਦੇ ਪਰ ਗੱਲ ਤਾਂ ਇਹ ਹੈ ਕਿ ਜੋ ਉਹਨਾਂ ਨੇ ਕੀਤਾ ਸਿੱਖ ਕੌਮ ਨੇ ਬਦਲੇ ਲਏ ਜੀ ਸਿੱਖ ਕੌਮ ਨੇ ਆਪਣਾ ਰਾਜਪਾਲ ਕਾਇਮ ਕੀਤਾ ਸਿੱਖ ਕੌਮ ਨੇ ਅਕਾਊਂਟ ਸੈਟਲ ਕਰ ਲਿਆ ਉਹ ਪਾਰਟ ਹਿਸਟਰੀ ਦੇ ਵਿੱਚ ਸਾਡੇ ਲਈ ਸਮਝਣ ਦਾ ਵਿਸ਼ਾ ਜ਼ਰੂਰ ਹੈ ਕਿ ਕਿਹਨੇ ਕੀ ਕੀਤਾ ਅੱਜ ਜਦੋਂ ਅਸੀਂ ਉਸ ਇਤਿਹਾਸ ਦੇ ਦੌਰ ਨੂੰ ਸਮਝਦੇ ਹਾਂ ਤਾਂ ਸਾਨੂੰ ਹਰ ਮੀਰ ਮੰਨੂ ਦੇ ਨਾਲ ਲੱਖੂ ਬੈਠਾ ਨਜ਼ਰ ਆਉਂਦਾ ਲਖਪਤ ਰਾਏ ਜੀ ਹਰ ਵਜ਼ੀਰ ਖਾਂ ਦੇ ਨਾਲ ਸਾਨੂੰ ਸੁੱਚਾਨੰਦ ਬੈਠਾ ਨਜ਼ਰ ਆਉਂਦਾ ਗੰਗੂ ਬੈਠਾ ਨਜ਼ਰ ਆਉਂਦਾ ਜੀ ਸੋ ਅੱਜ ਸਾਨੂੰ ਇਹ ਨਜ਼ਰ ਔਰ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨਾਲ ਜੇ ਜਹਾਂਗੀਰ ਦਾ ਹੁਕਮ ਹੈ ਤਾਂ ਨਾਲ ਚੰਦੂ ਬੈਠਾ ਨਜ਼ਰ ਆਉਂਦਾ ਸੋ ਇਹ ਸਾਡੇ 'ਚ ਤਬਦੀਲੀ ਹੋਈ ਕਿਉਂਕਿ ਅਸੀਂ ਇਤਿਹਾਸ ਨੂੰ ਜਿਹੜਾ ਠੀਕ ਪਰਸਪੈਕਟਿਵ 'ਚ ਦੇਖਣਾ ਸ਼ੁਰੂ ਕੀਤਾ ਪਰ ਇਹੀ ਜਿਹੜਾ ਤਬਕਾ ਹੈ ਜਿਹੜਾ ਉੱਥੇ ਤਾਂ ਪੂਰਾ ਮਿਰਚ ਮਸਾਲਾ ਲਾਉਂਦਾ ਉਸ ਨੂੰ ਬਿਆਨਣ ਲੱਗਿਆ ਜਦੋਂ ਮੌਜੂਦਾ ਦੌਰ ਦੀ ਗੱਲ ਆਉਂਦੀ ਹੈ ਤਾਂ ਫਿਰ ਕਈ ਤਾਂ ਜੇ ਉਹਨਾਂ ਨੂੰ ਪਤਾ ਲੱਗ ਜਾਏ ਕਿ ਉੱਥੇ ਕੋਈ ਖਾਲਿਸਤਾਨੀ ਸਟੇਜ ਲੱਗਣੀ ਹੈ ਤਾਂ ਉਹ ਕਹਿਣਗੇ ਜੀ ਮੇਰਾ ਗਲਾ ਖਰਾਬ ਹੈ ਮੈਂ ਕੀਰਤਨ ਨਹੀਂ ਅੱਜ ਕਰ ਸਕਦਾ ਔਰ ਮੈਨੂੰ ਯਾਦ ਹੈ ਇੱਥੇ ਰਿਚਮੰਡ ਹਿੱਲ ਕਾਫੀ ਕੁਛ ਸਾਲਾਂ ਦੀ ਗੱਲ ਹੈ ਖਾਲਿਸਤਾਨ ਡੈਕਲਾਰੇਸ਼ਨ ਡੇ ਸੀ 29 ਅਪ੍ਰੈਲ ਔਰ ਸ਼ਾਮ ਦਾ ਪ੍ਰੋਗਰਾਮ ਉਲੀਕਿਆ ਹੋਇਆ ਸੀ ਕਿ ਜਿਹੜਾ ਸ਼ਬਦ ਪੜ੍ਹਿਆ ਜਾਏਗਾ ਵੀਰ ਰਸ ਦਾ ਔਰ ਨਿਸ਼ਾਨ ਸਾਹਿਬ ਨੂੰ ਸਲਿਊਟ ਹੋਏਗਾ ਔਰ ਫਿਰ ਕੀਰਤਨ ਔਰ ਬੜਾ ਨਾਮੀ ਰਾਗੀ ਜੱਥਾ ਜਿਨ੍ਹਾਂ ਦੇ ਸੈਂਕੜਿਆਂ ਨਹੀਂ ਹਜ਼ਾਰਾਂ ਦੀ ਗਿਣਤੀ 'ਚ ਉਹਨਾਂ ਦੀਆਂ ਟੇਪਾਂ ਅੱਜ ਵੀ ਵਿਕਦੀਆਂ ਨੇ ਮੈਂ ਨਾਂ ਨਹੀਂ ਲਵਾਂਗਾ ਉਹ ਕੁਦਰਤੀ ਆਏ ਹੋਏ ਸੀ ਰਿਚਮੰਡ ਹਿੱਲ ਸੋ ਉਹਨਾਂ ਨੂੰ ਜਦੋਂ ਇਨਵਾਈਟ ਕੀਤਾ ਕਿ ਜੀ ਸ਼ਾਮ ਦਾ ਵੀ ਦੂਜਾ ਤਾਂ ਉਹਨਾਂ ਨੇ ਪੁੱਛਿਆ ਕਿ ਵੀ ਕੀ ਹੈ ਅਤੇ ਉਹ ਤਾਂ ਗਲਾ ਫੜ ਕੇ ਬੈਠ ਗਏ ਕਿ ਜੀ ਮੇਰਾ ਔਰ ਉਸ ਤੋਂ ਜਿਹੜਾ ਉਸੇ ਤੋਂ ਅਗਲੀ ਸਵੇਰ ਉਹ ਕੀਰਤਨ ਕਰ ਰਿਹਾ ਸੀ ਉੱਥੇ ਹੀ ਸੋ ਇਹ ਗੱਲ ਬਿਲਕੁਲ ਠੀਕ ਹੈ ਇਹਨਾਂ ਦੀ ਕਿ ਇਹ ਜਿਹੜਾ ਤਬਕਾ ਬਹੁਤ ਸਾਰਾ ਸਾਰਿਆਂ ਨੂੰ ਨਹੀਂ ਉਹਨਾਂ 'ਚ ਚੰਗੇ ਵੀ ਨੇ ਦਲੇਰ ਵੀ ਨੇ ਜੇ ਹੁਣ ਅਸੀਂ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਉਹਨਾਂ ਨੇ ਉਹਦੇ ਸਵਰਨੇ ਘੋਟਣੇ ਦੇ ਭੋਗ 'ਤੇ ਜਾਣ ਤੋਂ ਨਾ ਕੀਤੀ ਪਿਛਲੇ ਦਿਨਾਂ 'ਚ ਉਹਨਾਂ ਦਾ ਜੱਥਾ ਅਮੈਰੀਕਾ ਆਇਆ ਹੋਇਆ ਸੀ ਔਰ ਕੁਦਰਤੀ ਵਰਜੀਨੀਆ ਦੇ ਗੁਰਦੁਆਰਾ ਸਾਹਿਬ 'ਚ ਜਿੱਥੇ ਕਸ਼ਮੀਰੀ ਆਗੂ ਮਿਸਟਰ ਸ਼ੇਖ ਦਾ ਭੋਗ ਪਾਇਆ ਸਿੱਖ ਕੌਮ ਨੇ ਉੱਥੋਂ ਦੇ ਸਾਰੇ ਮਿਲ ਕੇ
ਉਹਦੇ 'ਚ ਉਹਨਾਂ ਨੇ ਕੀਰਤਨ ਕੀਤਾ ਔਰ ਉਹਨਾਂ ਨੇ ਇੰਨੀ ਜ਼ੋਰਦਾਰ ਸ਼ਬਦਾਂ ਦੇ ਵਿੱਚ ਅਨਿਆਂ ਦੀ ਜ਼ੁਲਮ ਦੀ ਗੱਲ ਕੀਤੀ ਔਰ ਇਹਨਾਂ ਦੀ ਕੀਤੀ ਕਿ ਜਿਹੜੇ ਬਾਹਰ ਦੇ ਵਿੱਚ ਵੀ ਦੀਵਾਨ ਤੋਂ ਕੁਛ ਵੀਰਾਂ ਨੇ ਆ ਕੇ ਕਿਹਾ ਕਹਿੰਦੇ ਜੀ ਮੈਂ ਕਿਹਾ ਜੀ ਅਸੀਂ ਕਈ ਵਾਰ ਸਮਝਦੇ ਹਾਂ ਕਿ ਸਾਰੇ ਹੀ ਕਮਜ਼ੋਰ ਨੇ ਪਰ ਇਹ ਨਹੀਂ ਹੈ ਜਾਗਦੀਆਂ ਜ਼ਮੀਰਾਂ ਵਾਲੇ ਵੀ ਨੇ ਇਹ ਵੱਖਰੀ ਗੱਲ ਹੈ ਵੀ ਕਈ ਵਾਰ ਉਸ ਕਿਸਮ ਦਾ ਮਾਹੌਲ ਜਿਹੜਾ ਉਹ ਕਈਆਂ ਨੂੰ ਮਜਬੂਰ ਕਰਦਾ ਕਹਿਣ ਦੇ ਲਈ ਕਈਆਂ ਦੀ ਕਨਵਿਕਸ਼ਨ ਹੁੰਦੀ ਹੈ ਪਰ ਵੱਡਾ ਤਬਕਾ ਜਿਹੜਾ ਉਹ ਭਗੌੜਾ ਇਹਦੇ 'ਚ ਮੈਨੂੰ ਕੋਈ ਕਹਿਣ 'ਚ ਕੋਈ ਹਿਚਕਚਾਹਟ ਨਹੀਂ ਹੈ ਉਹਨਾਂ ਤੋਂ ਤੁਸੀਂ ਹੋਰ ਜੋ ਮਰਜ਼ੀ ਘਵਾ ਲਓ ਜਦੋਂ ਪ੍ਰਾਈਵੇਟਲੀ ਗੱਲ ਕਰਨਗੇ ਉਹ ਬਹੁਤ ਗੱਲਾਂ ਮਾਰਨਗੇ ਬਹੁਤੇ ਕਹਿਣਗੇ ਜੀ ਅਸੀਂ ਵਾਪਸ ਵੀ ਜਾਣਾ ਕਿ ਜੀ ਫਿਰ ਇਹ ਨਾ ਹੋ ਜਾਏ ਉਹ ਨਾ ਹੋ ਜਾਏ ਅਤੇ ਵੈਸੇ ਵਾਰਾਂ ਜਿਹੜੀਆਂ ਨੇ ਊਧਮ ਸਿੰਘ ਸੂਰਮਾ ਅਤੇ ਭਗਤ ਸਿੰਘ ਸੂਰਮਾ ਅਤੇ ਫਲਾਣਾ ਸੂਰਮਾ ਉਹੀ ਸੁਣਾਉਣ ਵਾਲੇ ਹੁੰਦੇ ਨੇ ਜਦੋਂ ਉਹਨਾਂ ਨੂੰ ਪੁੱਛੋ ਕਿ ਜੀ ਅੰਦਰ ਤੋਂ ਤੁਸੀਂ ਇਹ ਸੁਣਾ ਕੇ ਆਏ ਹੋ ਅਤੇ ਬਾਹਰ ਉਹ ਕਹਿੰਦੇ ਜੀ ਇਹ ਤਾਂ ਸਾਡੇ ਰੋਟੀ ਰੋਜ਼ੀ ਦਾ ਸਾਧਨ ਹੈ ਸੋ ਮੈਂ ਸਮਝਦਾ ਵੀ ਜਿਹੜੇ ਰੋਟੀ ਰੋਜ਼ੀ ਦੇ ਸਾਧਨ ਵਾਲਾ ਇਹਨਾਂ ਦਾ ਬਹੁਤਿਆਂ ਦਾ ਕੰਮ ਹੈਗਾ ਪਰ ਅੱਜ ਜਿਹੜੀ ਇੱਕ ਚੰਗੀ ਗੱਲ ਹੈ ਕਿ ਸੋਸ਼ਲ ਮੀਡੀਆ ਪੰਜਾਬ 'ਚ ਜੇ ਇੱਕ ਲਹਿਰ ਬਣੀ ਭਾਈ ਰਾਜੋਆਣਾ ਦੇ ਮੁੱਦੇ 'ਤੇ ਬਣੀ ਹੁਣ ਪ੍ਰੋਫੈਸਰ ਭੁੱਲਰ ਦੇ ਮੁੱਦੇ 'ਤੇ ਵੀ ਜਿਹੜੀ ਆ ਗੱਲਬਾਤ ਤੁਰੀ ਉਹਦਾ ਕਾਰਨ ਇਹ ਹੈ ਕਿ ਜਿਹੜੀ ਜਾਣਕਾਰੀ ਉੱਥੇ ਇਸ ਕਿਸਮ ਦੇ ਤਬਕੇ ਵੱਲੋਂ ਨਹੀਂ ਸੀ ਦਿੱਤੀ ਜਾਂਦੀ ਸਰਕਾਰ ਨੇ ਨੈਗੇਟਿਵ ਕੀਤਾ ਸੀ ਅੱਜ ਇੰਟਰਨੈਟ ਦੇ ਉੱਤੇ ਬਹੁਤ ਸਾਰੀ ਜਾਣਕਾਰੀ ਹੈ ਤੁਸੀਂ ਇੱਕ ਕਲਿੱਕ ਕਰਦੇ ਹੋ ਅਤੇ 500 ਸਾਈਟ ਸਾਹਮਣੇ ਆ ਜਾਂਦਾ ਕੋਈ ਘਟਨਾ ਕਿਤੇ ਹੁੰਦੀ ਹੈ ਕੋਈ ਵੀ ਤੁਰਿਆ ਜਾਂਦਾ ਕੈਮਰਾ ਫੜ ਕੇ ਉਹਨੂੰ ਖਿੱਚਦਾ ਅਤੇ ਉਹਨੂੰ ਵੀਡੀਓ ਨੂੰ ਪਾ ਦਿੰਦਾ ਉਹਦੇ 'ਤੇ ਯੂਟਿਊਬ 'ਤੇ ਅਤੇ ਲੱਖਾਂ ਦੀਆਂ ਹਿੱਟਸ ਹੁੰਦੀਆਂ ਨੇ ਹੁਣ ਆਹ ਤਰਨ ਤਾਰਨ ਵਾਲਾ ਜਿਹੜੀ ਇਸ ਬੀਬੀ ਨਾਲ ਪੁਲਿਸ ਨੇ ਜੋ ਸਲੂਕ ਕੀਤਾ ਉਹ ਵੀ ਉਸ 'ਚੋਂ ਹੀ ਹੋਇਆ ਕਿ ਵੀ ਉਹ ਇਕਦਮ ਆ ਗਈ ਔਰ ਫਿਰ ਹੁਣ ਡਿਨਾਈ ਕਿਹਨੇ ਕਰਨਾ ਸੀ ਸੋ ਅੱਜ ਸਿਚੁਏਸ਼ਨ ਬਿਹਤਰ ਹੈ ਬਜਾਏ ਕਿ ਉਸ ਪੀਰੀਅਡ ਦੇ ਜਦੋਂ ਕਿ 84ਵਿਆਂ ਦੇ ਵਿੱਚ ਕੋਈ ਬਹੁਤੇ ਸਾਧਨ ਨਹੀਂ ਸੀ ਲੋਕਾਂ ਤੱਕ ਪਹੁੰਚਣ ਦੇ ਪਰ ਬਹੁਤ ਬਹੁਤ ਧੰਨਵਾਦ ਬੰਟੀ ਸਿੰਘ ਜੀ ਹਾਂਜੀ ਡਾਕਟਰ ਸਾਹਿਬ ਇਹ ਮੈਸੇਜ ਸਿੰਗਾਪੁਰ ਤੋਂ ਸਰਦਾਰ ਹਰਪ੍ਰੀਤ ਸਿੰਘ ਭੱਲਾ ਜੀ ਦਾ ਹੈ ਇਹਨਾਂ ਦਾ ਕਹਿਣਾ ਹੈ ਕਿ ਨਵੰਬਰ 84 ਦੀ ਸਿੱਖ ਨਸਲਕੁਸ਼ੀ ਸੰਬੰਧੀ ਗੂਗਲ ਸਰਚ ਕਰਦਿਆਂ ਤੁਹਾਡੀ ਵੈਬਸਾਈਟ 'ਤੇ ਜਾ ਪਹੁੰਚਿਆ ਜਦੋਂ ਪ੍ਰੋਗਰਾਮ ਆਨ ਕੀਤਾ ਤਾਂ ਡਾਕਟਰ ਅਮਰਜੀਤ ਸਿੰਘ ਜੀ ਦਾ ਸ਼ੋਅ ਚੱਲ ਰਿਹਾ ਸੀ ਬੜੀ ਖੁਸ਼ੀ ਹੋਈ ਕਿ ਇਸ ਧਰਤੀ ਦੇ ਕਿਸੇ ਕੋਨੇ ਵਿੱਚ ਸੱਚ ਤੋਂ ਸੱਚ ਅਤੇ ਹੌਸਲੇ ਦੀ ਆਵਾਜ਼ ਬੁਲੰਦ ਹੋ ਰਹੀ ਹੈ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਮੇਰਾ ਸਵਾਲ ਹੈ ਕਿ ਭਾਰਤ ਦੇ ਸਿੱਖ ਇਹਨਾਂ ਸਾਰੀਆਂ ਚਾਲਾਂ ਨੂੰ ਸਮਝਦੇ ਹਨ ਜੋ ਸਿੱਖਾਂ ਨੂੰ ਮਾਰ ਮੁਕਾਉਣ ਦੀਆਂ ਹੋ ਰਹੀਆਂ ਹਨ ਜਵਾਬ ਜ਼ਰੂਰ ਦੇਣਾ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਵੀਰ ਹਰਪ੍ਰੀਤ ਸਿੰਘ ਭੱਲਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਲਿਖਿਆ ਜੀ ਸ਼ੁਭਕਾਮਨਾਵਾਂ ਦਿੱਤੀਆਂ ਉਸ ਦੇ ਲਈ ਵੀ ਧੰਨਵਾਦ ਸਵਾਲ ਵੀ ਉਹਨਾਂ ਨੇ ਬੇਸ਼ੱਕ ਛੋਟਾ ਕੀਤਾ ਬਹੁਤੇ ਉਹਨਾਂ ਨੇ ਕਮੈਂਟ ਨਹੀਂ ਕੀਤੇ ਪਰ ਗੱਲ ਉਹਨਾਂ ਨੇ ਇਸ ਦਾ ਇੱਕ ਐਂਗਲ ਹੈ ਇਸ ਸਵਾਲ ਦਾ ਕਿਉਂਕਿ ਅਸੀਂ ਜਦੋਂ ਇੱਥੇ ਜ਼ਿਕਰ ਕਰਦੇ ਹਾਂ ਕਿ ਕੀ ਚਾਣਕਿਆ ਦੇ ਚਾਰੋਂ ਹਥਿਆਰ ਸਾਮ ਦਾਮ ਦੰਡ ਭੇਦ ਵਰਤੇ ਹੋਏ ਨੇ ਕਿਵੇਂ ਸਿੱਖ ਨਸਲਕੁਸ਼ੀ ਜਿਹੜੀ ਹੈ ਇੱਕ ਤੋਂ ਬਾਅਦ ਇੱਕ ਚੱਲ ਰਹੀ ਹੈ ਤਾਂ ਉਹਨਾਂ ਨੇ ਪੁੱਛਿਆ ਕਿ ਵੀ ਕੀ ਜਿਹਨਾਂ ਦੇ ਨਾਲ ਇਹ ਹੋ ਰਿਹਾ ਸਿੱਖ ਉਹਨਾਂ ਨੂੰ ਪਤਾ ਉਹਨਾਂ ਨਾਲ ਕੀ ਹੋ ਰਿਹਾ ਕਿ ਵੀ ਉਹਨਾਂ ਨੂੰ ਮਾਰਨ ਦੇ ਲਈ ਕੀ ਜਿਹੜੇ ਨੇ ਸ਼ਡਯੰਤਰ ਰਚੇ ਹੋਏ ਨੇ ਜਾਂ ਕੀ ਕੁਚਾਲਾਂ ਚੱਲੀਆਂ ਜਾ ਰਹੀਆਂ ਅਤੇ ਜੇ ਮੈਂ ਸਟੇਟ ਮੈਨੂੰ ਕਹਿੰਦੇ ਜੀ ਕਿ ਯੈਸ ਨੋ ਜਵਾਬ ਦਿਓ ਤਾਂ ਮੈਂ ਇਹ ਕਹਿਣਾ ਸੀ ਕਿ ਨੋ ਵੀ ਉਹਨਾਂ ਨੂੰ ਨਹੀਂ ਪਤਾ ਉਹਦਾ ਕਾਰਨ ਇਹ ਹੁੰਦਾ ਕਿ ਇੱਕ ਸਟੇਜ ਹੁੰਦੀ ਹੈ ਔਰ ਕੁਛ ਚੀਜ਼ਾਂ ਕੁਛ ਗਰੀਡ ਦੀ ਗੱਲ ਹੈ ਕੁਛ ਲਾਲਚ ਦੀ ਗੱਲ ਹੈ ਮੈਂ ਵਾਸ਼ਿੰਗਟਨ 'ਚ ਸੀ ਤਾਂ ਕਿਸੇ ਸੱਜਣ ਨੇ ਇੱਕ ਸੁਣਾਇਆ ਤਾਂ ਲਤੀਫਾ ਪਰ ਉਹ ਵੀ ਸਾਡੇ ਇੱਕ ਸੈਕਸ਼ਨ ਦੀ ਗੱਲ ਨੂੰ ਦਿਮਾਗੀ ਪੱਧਰ ਨੂੰ ਕਿ ਉਹ ਕਿਉਂ ਮੁਨਕਰ ਨੇ ਉਸ ਨੂੰ ਐਕਸਪਲੇਨ ਕਰਦਾ ਕਿ ਜੀ ਕੋਈ ਜ਼ੂ ਕੋਈ ਕੰਪੀਟੀਸ਼ਨ ਦਿੱਲੀ 'ਚ ਹੋਇਆ ਅਮਰੀਕਨ ਸ਼ੇਰ ਵੀ ਗਏ ਉਹਨਾਂ ਨੇ ਇੰਡੀਅਨ ਸ਼ੇਰਾਂ ਨੂੰ ਸੱਦਾ ਦਿੱਤਾ ਉਹਨਾਂ ਕਹਿੰਦੇ ਅਮਰੀਕਾ ਬਹੁਤ ਵਧੀਆ ਮੁਲਕ ਹੈ ਇੱਥੇ ਤਾਂ ਐਡੇ ਵਧੀਆ ਹਰ ਚੀਜ਼ ਖੁੱਲ੍ਹ ਡੁੱਲ ਹੈ ਤੁਸੀਂ ਇੱਥੇ ਕਿਹੜੇ ਮਾਹੌਲ 'ਚ ਰਹਿੰਦੇ ਹੋ ਇੰਡੀਅਨ ਸ਼ੇਰ ਆ ਗਏ ਇੱਥੇ ਰਹਿ ਪਏ 2 ਸਾਲ ਬਾਅਦ ਉਹਨਾਂ ਇੰਡੀਅਨ ਸ਼ੇਰਾਂ ਦੇ ਕੋਈ ਹੋਰ ਇੱਥੇ ਐਗਜੀਬਿਸ਼ਨ ਲੱਗੀ ਉਹ ਆ ਗਏ ਅਤੇ ਉਹਨਾਂ ਨੇ ਦੇਖਿਆ ਕਿ ਜਿਹੜੇ ਇੰਡੀਅਨ ਸ਼ੇਰ ਆਏ ਆ ਉਹ ਘਾਹ ਖਾ ਰਹੇ ਆ ਬੈਠੇ ਅਤੇ ਉਹਨਾਂ ਨੇ ਕਿਹਾ ਤੁਸੀਂ ਤਾਂ ਆਏ ਸੀ ਅਮਰੀਕਾ 'ਚ ਵੀ ਬੜੀਆਂ ਮੌਜਾਂ ਨੇ ਘਾਹ ਖਾ ਰਹੇ ਹੋ ਅਤੇ ਉਹ ਕਹਿੰਦੇ ਚੁੱਪ ਕਰ ਅਜੇ ਗ੍ਰੀਨ ਕਾਰਡ ਲੈਣਾ ਸੋ ਹੁਣ ਇੱਕ ਤਾਂ ਉਹ ਤਬਕਾ ਕਿ ਜਿਹੜੇ ਗਰੀਡ ਦੇ ਵਿੱਚ ਫਸੇ ਹੋਏ ਨੇ ਜਿਹੜੇ ਜਿਹਨਾਂ ਨੂੰ ਲਾਲਚ ਹੈ ਜਿਹੜੇ ਉੱਥੇ ਅਹੁਦਿਆਂ 'ਤੇ ਬੈਠੇ ਨੇ ਕੋਈ ਨੌਕਰੀਆਂ ਕਰਦੇ ਨੇ ਕੋਈ ਹੋਰ ਕਰਦੇ ਨੇ ਇੱਥੇ ਜਿਹੜੇ ਆ ਜਾਂਦੇ ਨੇ ਉਹ ਪਹਿਲਾਂ ਤਾਂ ਯੋਧੇ ਬਣਦੇ ਨੇ ਅਸਾਈਲਮ ਲੈਣ ਲਈ ਫਿਰ ਲੈ ਲੈਂਦੇ ਨੇ ਫਿਰ ਕਹਿੰਦੇ ਜੀ ਪਾਸਪੋਰਟ ਵੀ ਲੈਣਾ ਫਿਰ ਉਹ ਜਿਹੜੀਆਂ ਨੇ ਭਿੱਜੀਆਂ ਬਿੱਲੀਆਂ ਬਣ ਜਾਂਦੀਆਂ ਨੇ ਫਿਰ ਹੌਲੀ 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 ਦੂਰ ਪਿੱਛੇ ਹਟਣਾ ਸ਼ੁਰੂ ਹੋ ਜਾਂਦੇ ਨੇ ਪਾਸੇ ਨੂੰ ਚਲੇ ਜਾਂਦੇ ਨੇ ਸੋ ਬਹੁਤ ਵਾਰ ਜਿਹੜਾ ਪਹਿਲੀ ਵਾਰ ਕੈਦ ਹੁੰਦਾ ਉਦੋਂ ਉਸ ਜਨਰੇਸ਼ਨ ਨੂੰ ਥੋੜ੍ਹਾ ਜਿਹਾ ਅਹਿਸਾਸ ਹੁੰਦਾ
फिर उही तोता जिहड़ा जिहड़ा आकाशां दे विच उड़दा वो चूरी खाण लग जांदा है, फिर वो उस पिंजरे दे विच ही जिहड़ा उहदे च ही अपनी चुंझ मार के समझदा भी मेरी बड़ी वड्डी दुनिया जी। सो असीं समझदे हैं भी उत्थे एक जिन्हां दे नाल सीधे तौर ते कुछ वापरिया है जां जिन्हां दा थोड़ा बहुत इतिहास गुरबाणी दे नाल लगाव, वह तो समझते हैं कि यह की डायरेक्शन है जी। एक वड्डा तबका जिहड़ा अज दा जिहड़ी जिन्हां नूं कोई ना इतिहास की समझ है ना उन्हां दा बाणी नाल कोई लागा दे गया जां प्यार है, उन्हां दी एक ऐश प्रस्त वाली जिंदगी जां कैरियर वाली कैरियर अपना बने जी उन्हां नूं पता लगदा ही नहीं है। हाँ जदों उन्हां दे जां अखां खुलदियां ने वह किताबां कोई पढ़ लैण, ਬਾਹਰਲਿਆਂ ਦੇ ਨਾਲ ਕੋਈ ਵਾਹ ਪੈ ਜਾਏ, ਕੋਈ ਆ ਜਾਏ ਇੱਧਰੋਂ, ਕੋਈ ਉੱਧਰ ਚਲਾ ਜਾਏ, ਫਿਰ ਹੌਲੀ 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 ਉਹਨਾਂ 'ਚੋਂ ਕੁਛ ਜਿਹੜੇ ਨੇ ਉਹਨਾਂ ਦੀਆਂ ਉਹਨਾਂ ਨੂੰ ਜਾਣਕਾਰੀ ਹੁੰਦੀ ਹੈ। ਪਰ ਇੱਕ ਵੱਡਾ ਤਬਕਾ ਹੈ, ਬਿਲਕੁਲ ਇਮਾਨਦਾਰ ਮੈਂ ਆਨਸਰ ਇਸ ਸਵਾਲ ਦਾ, ਕਿਉਂਕਿ ਇੱਕ ਇਮਾਨਦਾਰੀ ਦਾ ਐਂਗਲ ਹੈ ਜੀ ਕਿ ਵਾਕਈ ਬਹੁਤਿਆਂ ਨੂੰ ਪਤਾ ਹੀ ਨਹੀਂ ਹੈ ਕਿ ਉਹਨਾਂ ਦੇ ਨਾਲ ਕੀ ਹੋ ਰਿਹਾ ਜੀ। ਡਾਕਟਰ ਸਾਹਿਬ ਇੱਥੇ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ, ਵਿਊਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।